ਹੈਲੋ एवरीवन ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜੀ ਕੁਐਸਚਨ ਪੇਪਰ ਹਿਸਟਰੀ ਆਫ ਆਰਟ ਦਾ ਪੇਪਰ ਹੈ ਪੇਪਰ ਦਾ ਨੇਮ ਹੈ ਜੀ ਹਿਸਟਰੀ ਆਫ ਇੰਡੀਅਨ ਪੇਂਟਿੰਗ ਇਹ ਕੁਐਸਚਨ ਪੇਪਰ ਬੀਏ ਬੀਐਸਸੀ ਜਰਨਲ 3rd ਸੈਮੈਸਟਰ ਦਾ ਹੈ ਜਿਹੜੇ ਸਟੂਡੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਬੀਐਸਸੀ ਜਰਨਲ ਕਰ ਰਹੇ ਆ ਉਹ 3rd ਸੈਮੈਸਟਰ ਦੇ ਵਿੱਚ ਹੈ ਉਹਨਾਂ ਕੋਲ ਸਬਜੈਕਟ ਹੈ ਜੀ ਹਿਸਟਰੀ ਆਫ ਆਰਟ ਪੇਪਰ ਹੈ ਜੀ ਤੁਹਾਡਾ ਹਿਸਟਰੀ ਆਫ ਇੰਡੀਅਨ ਪੇਂਟਿੰਗ ਉਹਨਾਂ ਦੇ ਲਈ ਇਹ ਵੀਡੀਓ ਹੈਲਪਫੁਲ ਰਹਿਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੰਪਲੀਟ ਕੁਐਸਚਨ ਪੇਪਰ ਮਿਲਣ ਵਾਲਾ ਹੈ ਜੀ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਵੀਡੀਓ ਤੁਹਾਡਾ ਟੋਟਲ ਜੋ ਮਾਰਕਸ ਹੈ ਉਹ 100 ਦਾ ਹੁੰਦਾ ਜੀ ਤੁਹਾਡਾ ਐਗਜ਼ਾਮ ਜੇਕਰ ਟਾਈਮ ਦੀ ਗੱਲ ਕਰੀਏ ਤਾਂ ਟਾਈਮ ਤੁਹਾਡੇ ਕੋਲ 3 ਘੰਟਿਆਂ ਦਾ ਹੁੰਦਾ ਹੈ 3 ਘੰਟਿਆਂ ਦੇ ਵਿੱਚ ਤੁਸੀਂ ਆਪਣੇ ਐਗਜ਼ਾਮ ਨੂੰ ਕੰਪਲੀਟ ਕਰਨਾ ਹੁੰਦਾ ਹੈ ਨੋਟ ਇਹਨਾਂ ਨੇ ਲਿਖਿਆ ਜੀ ਅਟੈਂਪਟ 5 ਕੁਐਸਚਨ ਇਨ 올 ਇਨਕਲੂਡਿੰਗ ਕੁਐਸਚਨ ਨੰਬਰ 1 which is compulsory ਐਂਡ ਸਿਲੈਕਟਿੰਗ 1 ਕੁਐਸਚਨ ਫਰੋਮ ਈਚ ਯੂਨਿਟ ਸੋ ਇਹਨਾਂ ਨੇ ਨੋਟ ਲਿਖਿਆ ਜੀ ਸਪੈਸ਼ਲ ਨੋਟ ਦਿੱਤਾ ਹੋਇਆ ਜੀ ਜੋ ਫਰਸਟ ਕੁਐਸਚਨ ਹੈ ਜਿਹੜਾ ਕੰਪਲਸਰੀ ਹੈ ਕੋਈ ਆਪਸ਼ਨ ਨਹੀਂ ਹੈ ਤੁਹਾਡੇ ਕੋਲ ਇਹਦੇ ਵਿੱਚ ਬਾਕੀ ਜੋ ਯੂਨਿਟ ਹੋਣਗੇ ਜੀ ਉਹਨਾਂ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਸੋ ਸਕਰੀਨ ਤੇ ਤੁਹਾਨੂੰ ਫਰਸਟ ਕੁਐਸਚਨ ਸ਼ੋ ਕਰ ਰਿਹਾ ਜੀ ਇਹ ਸ਼ਾਰਟ ਕੁਐਸਚਨ ਹੁੰਦੇ ਆ ਜੀ ਤੁਹਾਡੇ ਇਹਨਾਂ ਦਾ ਜੋ ਆਨਸਰ ਹੈ ਤੁਸੀਂ ਉਹ 25 230 ਵਰਡਸ ਦੇ ਵਿੱਚ ਦੇਣਾ ਹੁੰਦਾ ਹੈ ਤੂੰ ਮਾਰਕਸ ਹੁੰਦੇ ਆ ਜੀ ਤੁਹਾਡੇ ਹਰੇਕ ਅਨਸਰ ਦੇ 14 ਕੁਐਸਚਨ ਹੁੰਦੀ ਹੈ ਤੇ ਤੁਸੀਂ ਤੁਹਾਡੇ ਲਈ 14 ਦੇ 14 ਕਰਨੇ ਹੀ ਜ਼ਰੂਰੀ ਹੁੰਦੇ ਨੇ 14 ਕੁਐਸਚਨ ਹੁੰਦੇ ਆ ਜੀ ਸਾਰੇ ਕਰਨੇ ਜ਼ਰੂਰੀ ਹੈ 2 ਨੰਬਰ ਦਾ ਇੱਕ ਅਨਸਰ ਹੁੰਦਾ ਹੈ ਤੇ ਟੋਟਲ ਤੁਹਾਡੇ ਜਿਹੜੀ ਆ 28 ਮਾਰਕਸ ਦਾ ਤੁਹਾਡਾ ਹੁੰਦਾ ਜੀ ਕੁਐਸਚਨ ਨੰਬਰ 1 ਸੋ ਉਸ ਤੋਂ ਬਾਅਦ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਰਿਹਾ ਜੀ ਯੂਨਿਟ 1 ਯੂਨਿਟ 2 ਯੂਨਿਟ 3 ਤੇ ਯੂਨਿਟ 4 ਇਹ ਤੁਹਾਡੇ ਹੁੰਦੇ ਆ ਜੀ ਲੌਂਗ ਅਨਸਰ ਲੌਂਗ ਕੁਐਸਚਨ ਪੁੱਛੇ ਜਾਂਦੇ ਆ ਤੁਸੀਂ ਇਹਦੇ ਵਿੱਚ ਲੌਂਗ ਅਨਸਰ ਲਿਖਣਾ ਹੁੰਦਾ ਜੀ ਇਹ ਵਾਲਾ ਤੁਹਾਡਾ ਜੋ ਅਨਸਰ ਹੈ ਉਹ ਤੁਹਾਡਾ 18 ਮਾਰਕਸ ਦਾ ਹੁੰਦਾ ਹੈ 18 ਨੰਬਰ ਦਾ ਹੁੰਦਾ ਜੀ ਤੁਹਾਡਾ ਅਨਸਰ ਤੇ ਹਰ ਇੱਕ ਯੂਨਿਟ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਅਨਸਰ ਲਿਖਣਾ ਹੁੰਦਾ ਇੱਕ ਕੁਐਸਚਨ ਦਾ ਆਨਸਰ ਲਿਖਣਾ ਹੁੰਦਾ ਸੋ ਨੈਕਸਟ ਆਪਾਂ ਗੱਲ ਕਰਾਂਗੇ ਪੰਜਾਬੀ ਤੇ ਹਿੰਦੀ ਮੀਡੀਅਮ ਦੇ ਵਿੱਚ ਕੁਐਸਚਨ ਪੇਪਰ ਦੀ ਬਟ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸੀ ਯੂਟਿਊਬ ਚੈਨਲ ਤੇ ਤੁਹਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਸੰਬੰਧਿਤ ਕੁਐਸਚਨ ਪੇਪਰ ਪ੍ਰੋਵਾਈਡ ਕਰਵਾਏ ਜਾਂਦੇ ਨੇ ਸੋ ਭਾਵੇਂ ਉਹ ਕਿਸੇ ਵੀ ਸਟਰੀਮ ਦੇ ਨਾਲ ਸੰਬੰਧਿਤ ਹੋਵੇ ਕਿਸੇ ਵੀ ਕਲਾਸ ਦੇ ਨਾਲ ਸੰਬੰਧਿਤ ਹੋਵੇ ਕਿਸੇ ਵੀ ਸਬਜੈਕਟ ਦੇ ਨਾਲ ਸੰਬੰਧਿਤ ਹੋਵੇ ਤਾਂ ਤੁਹਾਨੂੰ ਹਰੇਕ ਕੁਐਸਚਨ ਪੇਪਰ ਇਸ ਯੂਟਿਊਬ ਚੈਨਲ ਤੇ ਮਿਲ ਜਾਂਦਾ ਸੋ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਆਪਣੇ ਫਰੈਂਡਸ ਦੇ ਨਾਲ ਵੀ ਜਰੂਰ ਸ਼ੇਅਰ ਕਰੋ ਜੋ ਇਹ ਵਾਲਾ ਕੁਐਸਚਨ ਪੇਪਰ ਹੈ ਜੀ ਇਹ ਕੁਐਸਚਨ ਪੇਪਰ 2022 ਦਾ ਹੈ ਜੋ ਕਿ ਐਗਜ਼ਾਮ ਜੂਨ ਜੁਲਾਈ 2022 ਦੇ ਵਿੱਚ ਹੋਈ ਸੀ ਇਹ ਉਹ ਵਾਲਾ ਕੁਐਸਚਨ ਪੇਪਰ ਹੈ ਜਰੂਰ ਹੈਲਪਫੂ ਰਹੇਗੀ ਵੀਡੀਓ ਤੁਹਾਡੇ ਲਈ ਸੋ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਹਿੰਦੀ ਦੇ ਪੰਜਾਬੀ మీడియం ਦੇ ਲਈ ਹਿੰਦੀ ਤੇ ਪੰਜਾਬੀ మీడియం ਦੇ ਸਟੂਡੈਂਟਸ ਦੇ ਲਈ ਉਹਨਾਂ ਦੇ ਸਕਰੀਨ ਤੇ ਸ਼ੋ ਹੋ ਰਿਹਾ ਜੀ ਸ਼ਾਰਟ ਕੁਐਸਚਨ ਸੋ ਤੁਸੀਂ ਸਕਰੀਨ ਸ਼ੂਟ ਜ਼ਰੂਰ ਲੈ ਲਓ ਜਾਂ ਤੁਸੀਂ ਨੋਟ ਕਰ ਲਓ ਜੇਕਰ ਨੋਟ ਕਰਨਾ ਚਾਹੁੰਦੇ ਹੋ ਤੇ ਸੋ ਹੋਰ ਵੀ ਕੁਐਸਚਨ ਮੈਂ ਟਾਈਮ ਕੁਐਸਚਨ ਪੇਪਰ ਮੈਂ ਟਾਈਮ ਟੂ ਟਾਈਮ ਅਪਲੋਡ ਕਰਦੀ ਰਹਾਂਗੀ ਸੋ ਇਹ ਸੀਗਾ ਜੀ ਸ਼ਾਰਟ ਕੁਐਸਚਨ ਪੈਟਰਨ ਸੇਮ ਹੁੰਦਾ ਮਾਰਕਸ ਸੇਮ ਹੁੰਦੇ ਸਿਰਫ ਲੈਂਗੁਏਜ ਦਾ ਫਰਕ ਹੀ ਹੁੰਦਾ ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ ਆ ਜਾਂਦੀ ਜੀ ਤੁਹਾਡੇ ਲੌਂਗ ਕੁਐਸਚਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਲੌਂਗ ਕੁਐਸਚਨ ਹੈ ਜੀ ਤੁਹਾਡੇ ਭਾਗ 1 ਭਾਗ 2 ਭਾਗ 3 ਤੇ ਭਾਗ 4 ਇਹ ਵੀ 18 ਮਾਰਕਸ ਦੇ ਹੁੰਦੇ ਆ ਤੁਹਾਡੇ ਇਹ ਕੁਐਂਸਰ 18 ਮਾਰਕਸ ਦਾ ਸੋ ਜੋ ਜੋ ਤੁਹਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਜੀ ਤੁਸੀਂ ਉਹੀ ਆਪਣਾ ਅਨਸਰ ਲਿਖਣਾ ਹੁੰਦਾ ਹੈ ਸੋ ਜੇ ਕਈ ਵਾਰ ਮੋਲਡ ਕਰਕੇ ਵੀ ਪਾਏ ਹੁੰਦੇ ਆ ਜੀ ਕੁਐਸਚਨ ਤਾਂ ਤੁਸੀਂ ਅਨਸਰ ਵੀ ਉਸੇ ਤਰੀਕੇ ਦੇ ਨਾਲ ਹੀ ਆਪਣਾ ਦੇਣਾ ਹੁੰਦਾ ਹੈ ਪੂਰੀ ਤਰ੍ਹਾਂ ਸਮਝ ਕੇ ਸਹੀ ਅੰਸਤੇ ਸਾਫ਼ ਜਿਹੜੀ ਆਪਣੀ ਹੈਂਡਰਾਈਟਿੰਗ ਦੇ ਵਿੱਚ ਆਪਣਾ ਪੇਪਰ ਕੰਪਲੀਟ ਕਰਨਾ ਹੁੰਦਾ ਫਿਰ ਤੁਹਾਨੂੰ ਜਿਹੜੇ ਆ ਜਾ ਕੇ ਫੁੱਲ ਮਾਰਕਸ ਮਿਲ ਪਉਂਦੇ ਆ ਸੋ ਜੋ ਸ਼ਾਰਟ ਕੁਐਸਚਨ ਹੈ ਜੀ ਇਹ ਤੁਸੀਂ 25 ਟੂ 30 ਵਰਡਸ ਦੇ ਵਿੱਚ ਲਿਖਣਾ ਹੁੰਦਾ ਸੋ ਜਿਆਦਾ ਲੰਬਾ ਨਹੀਂ ਲਿਖਣਾ ਹੁੰਦਾ ਇਹਨੂੰ ਤੁਸੀਂ ਜਿਵੇਂ ਕਿ ਲੌਂਗ ਅਨਸਰ ਤੁਸੀਂ ਲਿਖ ਦਿਓ ਲੌਂਗ ਅਨਸਰ ਨੂੰ ਬਹੁਤ ਲੌਂਗ ਲਿਖੋ ਸ਼ਾਰਟ ਜੋ ਅਨਸਰ ਹੈ ਉਹ ਸਿਰਫ ਤੁਸੀਂ 25 ਟੂ 30 ਵਰਡਸ ਦੇ ਵਿੱਚ ਹੀ ਲਿਖੋ ਜੋ ਮੇਨ ਪੁੱਛੀ ਗਈ ਹੈ ਚੀਜ਼ ਜਾਂ ਗੱਲ ਉਹਦੇ ਬਾਰੇ ਦੇ ਵਿੱਚ ਹੀ ਤੁਸੀਂ ਸਿਰਫ ਫੋਕਸ ਉਹਦੇ ਤੇ ਹੀ ਕਰੋ ਫਿਰ ਜਾ ਕੇ ਤੁਹਾਨੂੰ ਜਿਹੜੇ 2 ਮਾਰਕਸ ਆ ਉਹ ਫੁੱਲ ਮਿਲਦੇ ਆ ਕਿਉਂਕਿ ਜਿਆਦਾ ਲਿਖਣ ਦਾ ਤੁਹਾਨੂੰ ਕੋਈ ਵੀ ਬੈਨੀਫਿਟ ਨਹੀਂ ਰਹਿਣਾ ਸੋ ਤੁਸੀਂ 2 ਮਾਰਕਸ ਹੀ ਤੁਹੰਨਾਂ ਦਾ 2 ਮਾਰਕਸ ਤੁਸੀਂ ਇਸ ਤਰੀਕੇ ਨਾਲ ਅਨਸਲੀਖੋਗੇ ਤੂੰ ਟੀਚਰ ਜੋ 2 ਮਾਰਕਸ ਦੇਣ ਦੇ ਦੇ ਲਈ ਮਜਬੂਰ ਹੋ ਜਾਵੇ ਕਿ ਉਹਨੂੰ ਦੇਣੇ ਹੀ ਪੈਣ ਤੁਸੀਂ ਇੰਨਾ ਵਧੀਆ ਲਿਖੋ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਆਪਣੇ ਫਰੈਂਡਸ ਨੂੰ ਵੀ ਨਾਲ ਵੀ ਸ਼ੇਅਰ ਕਰੋ ਥੈਂਕਸ ਫॉर ਵਾਚਿੰਗ